ਸਾਹਿਬ ਜਿਹੜਾ ਅਫਗਾਨਿਸਤਾਨ ਦੇ ਵਿੱਚ ਹੋਇਆ ਘਟਨਾ ਵਾਪਰੀ ਸਿੰਘਾਂ ਦੇ ਕਈ ਅੱਤਿਆਚਾਰ ਹੋਇਆ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਫਗਾਨਿਸਤਾਨ ਦੇ ਅੰਦਰ ਜੋ ਕੁਝ ਵੀ ਤਾਲਿਬਾਨਾਂ ਨੇ ਕੀਤਾ, ਮੈਂ ਸਮਝਦਾ ਰਾਜ ਪਲਟਾ ਲਿਆਉਣਾ ਤਾਂ ਉਹਨਾਂ ਦਾ ਅਧਿਕਾਰ ਆ, ਉਹ ਜੋ ਮਰਜ਼ੀ ਕਰਨ ਆਪਣੇ ਦੇਸ਼ ਦੇ ਅੰਦਰ। ਪਰ ਰਾਜ ਪਲਟੇ ਤੋਂ ਬਾਅਦ ਜਿਹੜੀ ਮਨੋਰਿਟੀ ਹੈ, ਘੱਟ ਗਿਣਤੀ ਲੋਕ ਜਿਹੜੇ ਨੇ, ਉਹਨਾਂ ਨੂੰ ਉਹਨਾਂ ਦੇ ਧਾਰਮਿਕ ਸਥਾਨ, ਉਹਨਾਂ ਦਾ ਸੱਭਿਆਚਾਰ, ਉਹਨਾਂ ਦੀ ਬੋਲੀ, ਸ਼ਕਲ, ਪਹਿਰਾਵਾ, ਅੱਡਰੀ ਆਜ਼ਾਦ ਅਤੇ ਨਿਆਰੀ ਹਸਤੀ, ਉਹ ਉਹਨਾਂ ਦੀ ਕਾਇਮ ਰਹਿਣੀ ਚਾਹੀਦੀ ਹੈ। ਲੇਕਿਨ ਬਦਕਿਸਮਤੀ ਇਹ ਹੈ ਕਿ ਤਾਲਿਬਾਨਾਂ ਦੇ ਡਰ ਅਤੇ ਭਾਏ ਕਾਰਨ ਪਿਛਲੇ ਸਮੇਂ ਵਿੱਚ ਵੀ, ਜਦੋਂ ਪਹਿਲਾਂ ਇਹਨਾਂ ਦਾ ਰਾਜ ਰਿਹਾ ਉਦੋਂ ਵੀ ਬਹੁਤ ਸਾਰੇ ਸਿੱਖ ਜਿਹੜੇ ਸੀ ਉਹ ਉੱਥੋਂ ਪਲਾਇਨ ਕਰਕੇ ਭਾਰਤ ਵਿੱਚ ਅਤੇ ਹੋਰ ਦੇਸ਼ਾਂ ਵਿੱਚ ਚਲੇ ਗਏ। ਹੁਣ ਵੀ ਜਦੋਂ ਉਹਨਾਂ ਨੇ ਦੁਬਾਰੇ ਕਾਬਲ ਦੇ ਉੱਤੇ ਆਪਣਾ ਰਾਜ ਭਾਗ ਸਥਾਪਿਤ ਕੀਤਾ, ਤਾਂ ਵੀ ਬਹੁਤ ਸਾਰੇ ਸਿੱਖ ਜਿਹੜੇ ਨੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਮੇਤ ਆਪਣੇ ਪਰਿਵਾਰਾਂ, ਜੀਆਂ, ਹੋਰ ਜੋ ਕੁਝ ਵੀ ਉਹ ਲਿਆ ਸਕਦੇ ਨੇ ਲੈ ਕੇ ਹਿੰਦੁਸਤਾਨ ਵਿੱਚ ਆ ਗਏ। ਮੈਂ ਸਮਝਦਾ ਵੀ ਕਿਸੇ ਦੀ ਦੇਸ਼ ਦੇ ਅੰਦਰ ਜੇ ਘੱਟ ਗਿਣਤੀ ਸੁਰੱਖਿਅਤ ਨਹੀਂ ਰਹੇਗੀ ਤਾਂ ਉਹ ਦੇਸ਼ ਨੂੰ ਮਾਨਤਾ ਨਹੀਂ ਦਿੱਤੀ ਜਾਣੀ ਚਾਹੀਦੀ। ਤਾਲਿਬਾਨਾਂ ਨੂੰ ਵੀ ਚਾਹੀਦਾ ਕਿ ਜੇ ਦੁਨੀਆ ਭਰ ਦੀ ਮਾਨਤਾ ਲੈਣੀ ਹੈ, ਦੁਨੀਆ ਭਰ ਦੇ ਦੇਸ਼ਾਂ ਤੋਂ ਸਪੋਰਟ ਲੈਣੀ ਹੈ, ਤਾਂ ਇਹ ਜ਼ਰੂਰੀ ਹੈ ਕਿ ਮਨਿਓਰਿਟੀ ਜਿਹੜੀ ਆ ਉਹਨਾਂ ਦੇ ਹਿੱਤਾਂ ਦੀ ਸੁਰੱਖਿਆ ਕੀਤੀ ਜਾਵੇ। ਜੇ ਇੱਦਾਂ ਹੀ ਹੁੰਦਾ ਰਿਹਾ, ਸਿੱਖ ਤਾਂ ਸਾਰੇ ਸੰਸਾਰ ਵਿੱਚ ਫੈਲੇ ਹੋਏ ਨੇ, ਸਾਰੇ ਸੰਸਾਰ ਵਿੱਚ ਕਿਤੇ ਨਾ ਕਿਤੇ ਰਾਜ ਪਲਟੇ ਆਉਂਦੇ ਨੇ, ਅਤੇ ਫਿਰ ਸਿੱਖ ਤਾਂ ਮਤਲਬ ਖਾਨਾ ਬਦੋਸ਼ਾਂ ਵਰਗਾ ਜੀਵਨ ਸਿੱਖਾਂ ਦਾ ਹੋਇਆ ਪਿਆ। ਇਹ ਮੈਂ ਸਮਝਦਾ ਵੀ ਬਹੁਤ ਮੰਦਭਾਗੀ ਅਤੇ ਨਿੰਦਣਯੋਗ ਕਾਰਵਾਈ ਹੈ ਤਾਲਿਬਾਨਾਂ ਦੀ, ਅਤੇ ਮੈਂ ਭਾਰਤ ਸਰਕਾਰ ਨੂੰ ਵੀ ਉਚੇਚੇ ਤੌਰ 'ਤੇ ਅਪੀਲ ਕਰਨੀ ਚਾਹੁੰਦਾ ਕਿ ਉਹ ਤਾਲਿਬਾਨ ਸਰਕਾਰ ਨਾਲ ਆਪਣੀ ਗੱਲਬਾਤ ਕਰਕੇ ਅਤੇ ਉਹ ਯਤਨ ਕਰਨ ਕਿ ਜਿਹੜਾ ਮਤਲਬ ਮਨਿਓਰਿਟੀ ਹੈ, ਘੱਟ ਗਿਣਤੀ ਹਿੰਦੂ ਨੇ, ਸਿੱਖ ਨੇ, ਉਹਨਾਂ ਦਾ ਮੁੜ ਵਸੇਵਾ ਉੱਥੇ ਕੀਤਾ ਜਾਣਾ ਚਾਹੀਦਾ। ਉਹ ਆਪਣੀ ਜਾਇਦਾਦ, ਘਰ ਕਾਰ ਸਾਰਾ ਕੁਝ ਛੱਡ ਕੇ ਉਹ ਵਿਦੇਸ਼ਾਂ ਵਿੱਚ ਜਾ ਰਹੇ ਨੇ, ਇਹ ਮੰਦਭਾਗੀ ਘਟਨਾ। ਕੱਲ੍ਹ ਨੂੰ ਤਾਂ ਕੋਈ ਅਮੈਰੀਕਾ ਦੇ ਵਿੱਚ, ਕੈਨੇਡਾ ਵਿੱਚ, ਆਸਟ੍ਰੇਲੀਆ ਵਿੱਚ, ਨਿਊਜ਼ੀਲੈਂਡ ਵਿੱਚ, ਇੰਗਲੈਂਡ ਵਿੱਚ ਕੋਈ ਰਾਜ ਪਲਟਾ ਲਿਆ ਦੇਗਾ, ਫਿਰ ਉੱਥੋਂ ਮਨਿਓਰਿਟੀ ਨੂੰ ਕੱਢ ਦੇਗਾ, ਇੱਦਾਂ ਦਾ ਫਿਰ ਬਹੁਤ ਅਫਰਾ ਤਫਰੀ ਫੈਲ ਜਾਏ। ਮੈਂ ਸਮਝਦਾ ਇਹ ਘਟਨਾ ਮਾੜੀ ਹੈ, ਨਿੰਦਣਯੋਗ ਹੈ। ਸਿੱਖਾਂ ਨੂੰ ਵੀ ਚਾਹੀਦਾ ਕਿ ਆਪਣੇ ਦੇਸ਼ ਜਿੱਥੇ ਉਹ ਜੰਮੇ ਨੇ, ਪਲੇ ਨੇ, ਖੇਡੇ ਨੇ, ਵੱਡੇ ਹੋਏ ਨੇ, ਜਿੱਥੇ ਉਹਨਾਂ ਦੇ ਕਾਰੋਬਾਰ ਨੇ, ਉੱਥੇ ਸਿੱਖਾਂ ਨੂੰ ਰਹਿਣਾ ਚਾਹੀਦਾ। ਇਸ ਤਰ੍ਹਾਂ ਗੁਰਦੁਆਰੇ ਸਾਹਿਬਾਨ ਛੱਡ ਕੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛੱਡ ਕੇ, ਨਿਸ਼ਾਨ ਸਾਹਿਬ ਛੱਡ ਕੇ ਸਾਨੂੰ ਵੀ ਪਲਾਨ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਸਾਨੂੰ ਵੀ ਉਸ ਦੇਸ਼ ਦੇ ਚੰਗੇ ਸ਼ਹਿਰੀ ਨਾਗਰਿਕ ਬਣ ਕੇ ਹੀ ਉੱਥੇ ਰਹਿਣ ਦੇ ਉਪਰਾਲੇ ਕਰਨੇ ਚਾਹੀਦੇ ਨੇ। ਦੂਸਰੀ ਮੇਰੀ ਬੇਨਤੀ ਇਹ ਆ, ਮੈਂ ਤੁਹਾਡੇ ਜ਼ਰੀਏ ਭਾਰਤ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਪਾਕਿਸਤਾਨ ਗੌਰਮੈਂਟ ਨੇ ਵਾਰ ਵਾਰ ਕਿਹਾ ਕਿ ਅਸੀਂ ਜਿਹੜਾ ਮਤਲਬ ਕਰਤਾਰਪੁਰ ਦਾ ਲੰਘਾ ਉਹ ਖੋਲ੍ਹਣ ਲਈ ਤਿਆਰ ਹਾਂ, ਅਤੇ ਭਾਰਤ ਸਰਕਾਰ ਆਪਣੇ ਯਾਤਰੂ ਜਿਹੜੇ ਨੇ ਉਹ ਭੇਜਣ ਦਾ ਯਤਨ ਕਰੇ। ਸੋ ਭਾਰਤ ਸਰਕਾਰ ਨੂੰ ਵੀ ਮੇਰੀ ਅਪੀਲ ਹੈ ਕਿ ਉਹ ਪਾਕਿਸਤਾਨ ਗੌਰਮੈਂਟ ਨਾਲ ਗੱਲਬਾਤ ਕਰਕੇ ਜਿੰਨੀ ਛੇਤੀ ਹੋ ਸਕਦਾ ਉਹ ਕਰਤਾਰਪੁਰ ਦਾ ਲਾਂਘਾ ਸੁਰੱਖਿਅਤ ਕਰਨ ਦਾ ਯਤਨ ਕਰਨ, ਖੋਲ੍ਹਣ ਦਾ ਯਤਨ ਕਰਨ। ਵੈਸੇ ਤਾਂ ਮੈਂ ਸਮਝਦਾ ਕਿ ਪਾਕਿਸਤਾਨ ਸਾਡਾ ਗੁਆਂਢੀ ਮੁਲਕ ਹੈ, ਸਾਡਾ ਉਹਦੇ ਨਾਲ ਭਰਾਵਾਂ ਵਰਗਾ ਰਿਸ਼ਤਾ ਹੈ। ਸਿੱਖਾਂ ਦਾ ਬਹੁਤ ਕੁਝ ਪਾਕਿਸਤਾਨ ਵਿੱਚ ਹੈ, ਹਿੰਦੂ ਬਹੁਤ ਉੱਥੇ ਵੱਸਦੇ ਨੇ, ਅਤੇ ਦੋਨਾਂ ਦੇਸ਼ਾਂ ਨੂੰ ਗੱਲਬਾਤ ਕਰਕੇ ਵੀਜ਼ੇ ਦਾ ਜਿਹੜਾ ਓਪਨ ਕਰਨਾ ਚਾਹੀਦਾ, ਐਂਟਰੀ ਹੀ ਕਰਨੀ ਚਾਹੀਦੀ ਹੈ ਬਾਰਡਰ ਦੇ ਉੱਤੇ। ਸਿੱਖ ਸਵੇਰੇ ਜਾਵੇ, ਸ਼ਾਮ ਨੂੰ ਮੁੜ ਕੇ ਆਵੇ, ਕੋਈ ਹਿੰਦੂ ਭਰਾ ਸਵੇਰੇ ਜਾਵੇ, ਸ਼ਾਮ ਨੂੰ ਮੁੜ ਕੇ ਆਵੇ, ਉੱਧਰੋਂ ਮੁਸਲਮਾਨ ਭਰਾ ਆਉਣ, ਸ਼ਾਮ ਨੂੰ ਮੁੜ ਜਾਣ ਆਪਣੇ ਦੇਸ਼ ਵਿੱਚ। ਇੱਦਾਂ ਦੀ ਖੁੱਲ੍ਹ ਦੇ ਦੇਣੀ ਚਾਹੀਦੀ ਹੈ, ਜਿਵੇਂ ਕੈਨੇਡਾ, ਅਮੈਰੀਕਾ ਦੇ ਵਿੱਚ ਆਪਸ ਵਿੱਚ ਉਹਨਾਂ ਦੇ ਚੰਗੇ ਸੰਬੰਧ ਨੇ, ਸਵੇਰੇ ਲੋਕ ਜਾਂਦੇ ਨੇ, ਸ਼ਾਮ ਨੂੰ ਆਪਣੇ ਘਰ ਮੁੜੇ ਆਉਂਦੇ ਨੇ ਅਮੈਰੀਕਾ ਤੋਂ, ਕੈਨੇਡਾ ਤੋਂ। ਇਸ ਤਰ੍ਹਾਂ ਦੇ ਯਤਨ ਸਾਨੂੰ ਵੀ ਕਰਨੇ ਚਾਹੀਦੇ ਨੇ, ਅਤੇ ਜੇ ਫਿਲਹਾਲ ਇਹ ਨਹੀਂ ਯਤਨ ਹੋ ਸਕਦੇ ਤਾਂ ਕਮ ਸੇ ਕਮ ਕਰਤਾਰਪੁਰ ਦਾ ਲਾਂਘਾ ਦੁਆਰੇ ਖੋਲ੍ਹ ਕੇ ਲੋਕਾਂ ਨੂੰ ਗੁਰੂ ਆਪਣਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਨੇ।